ਆਜ਼ਾਦੀ ਦੇ 75 ਸਾਲ ਬੀਤ ਜਾਣ ਦੇ ਬਾਅਦ ਵੀ ਬੜੇ ਦੁੱਖ ਦੀ ਗੱਲ ਹੈ ਕਿ ਗਰੀਬ ਲੋਕਾਂ ਨੂੰ ਆਮ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਰਾਸ਼ਨ ਦੀਆਂ ਦੁਕਾਨਾਂ ਤੇ ਡੀਪੂਆਂ ਤੇ ਲਾਈਨਾਂ 'ਚ ਖੜਨਾ ਪੈਂਦਾ ਲੰਬੀਆਂ ਲੰਬੀਆਂ ਲਾਈਨਾਂ 'ਚ ਖੜਨਾ ਪੈਂਦਾ ਜਦਕਿ ਦੂਜੇ ਪਾਸੇ ਇੰਨਾ ਡਿਜੀਟਲ ਹੋ ਗਈ ਹੈ ਦੁਨੀਆ ਕਿ ਇੱਕ ਫੋਨ ਤੇ ਕੋਈ ਵੀ ਚੀਜ਼ ਆਰਡਰ ਕਰੋ ਉਹ ਤੁਹਾਡੇ ਘਰ ਡਿਲੀਵਰ ਕਰ ਦਿੱਤੀ ਜਾਂਦੀ ਹੈ ਤੁਹਾਡੇ ਤੱਕ ਪਹੁੰਚਾ ਦਿੱਤੀ ਜਾਂਦੀ ਹੈ ਔਰ ਕਈ ਵਾਰੀ ਤਾਂ ਗਰੀਬ ਲੋਕਾਂ ਨੂੰ ਆਪਣੇ ਹਿੱਸੇ ਦਾ ਰਾਸ਼ਨ ਲੈਣ ਵਾਸਤੇ ਦਿਹਾੜੀ ਛੱਡਣੀ ਪੈ ਜਾਂਦੀ ਹੈ ਸੋਚੋ ਜਿਹੜਾ ਬੰਦਾ ਹੈਂਡ ਟੂ ਮਾਊਥ ਹੈ ਜਿਹੜਾ ਉਸੇ ਦਿਨ ਹੀ ਕਮਾਉਂਦਾ ਉਸੇ ਦਿਨ ਹੀ ਖਾਂਦਾ ਉਹਨੂੰ ਜੇ ਆਪਣੇ ਹਿੱਸੇ ਦਾ ਹੱਕ ਬਣਦਿਆ ਜਿਹੜਾ ਰਾਸ਼ਨ ਹੈ ਉਹ ਲੈਣ ਵਾਸਤੇ ਦਿਹਾੜੀ ਛੱਡਣੀ ਪਵੇ ਤਾਂ ਕਿੰਨਾ ਦੁੱਖ ਹੁੰਦਾ ਉਹਨੂੰ ਕਿੰਨੀ ਗਲਤ ਗੱਲ ਹੈ ਔਰ ਮੈਂ ਬਜ਼ੁਰਗ ਮਾਵਾਂ ਨੂੰ ਵੀ ਜਾਣਦਾ ਜਿਹੜੀਆਂ 2-2 ਕਿਲੋਮੀਟਰ ਰਾਸ਼ਨ ਡੀਪੂ ਤੋਂ ਆਪਣਾ ਰਾਸ਼ਨ ਲੈ ਕੇ ਆਉਂਦੀਆਂ ਨੇ ਫਿਰ ਉਸ ਕਣਕ 'ਚੋਂ ਰੋੜ ਚੁਗਣੇ ਨੇ ਦਾਲ 'ਚੋਂ ਰੋੜ ਚੁਗਣੇ ਨੇ ਕਣਕ ਦੀ ਹਾਲਤ ਜਿਹੜੀ ਹੈ ਉਹ ਖਾਣ ਯੋਗ ਨਹੀਂ ਹੁੰਦੀ ਕਈ ਵਾਰੀ ਪਰ ਖਾਣੀ ਪੈਂਦੀ ਹੈ ਸੋ ਇਹਨਾਂ ਗੱਲਾਂ ਤੋਂ ਹੁਣ ਛੁਟਕਾਰਾ ਹੋਊਗਾ ਅੱਜ ਮੈਂ ਤੁਹਾਡੇ ਸਾਹਮਣੇ ਇਹ ਗੱਲ ਕਹਿਣ ਲਈ ਆਇਆ ਕਿ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਆਮ ਆਦਮੀ ਪਾਰਟੀ ਸਰਕਾਰ ਨੇ ਫੈਸਲਾ ਕੀਤਾ ਕਿ ਅਸੀਂ ਹੁਣ ਤੁਹਾਡੇ ਘਰ ਤੱਕ ਰਾਸ਼ਨ ਪਹੁੰਚਾਵਾਂਗੇ ਡੋਰ ਸਟੈਪ ਡਿਲੀਵਰੀ ਆਫ ਰਾਸ਼ਨ ਯਾਨੀ ਕਿ ਘਰ ਤੱਕ ਰਾਸ਼ਨ ਪਹੁੰਚਾਉਣ ਦੀ ਸਕੀਮ ਸ਼ੁਰੂ ਕਰਨ ਜਾ ਰਹੇ ਹਾਂ ਵਧੀਆ ਸਾਫ਼ ਬੋਰੀਆਂ 'ਚ ਸਾਫ਼ ਖਾਣਯੋਗ ਆਟਾ ਜਾਂ ਕਣਕ ਜਾਂ ਦਾਲ ਉਹ ਤੁਹਾਡੇ ਘਰ ਪਹੁੰਚੂਗੀ ਔਰ ਤੁਹਾਨੂੰ ਦਿਹਾੜੀ ਛੱਡਣ ਦੀ ਲੋੜ ਨਹੀਂ ਪੈਣੀ ਤੁਹਾਨੂੰ ਕਿਸੇ ਲਾਈਨ 'ਚ ਲੱਗਣ ਦੀ ਲੋੜ ਨਹੀਂ ਪੈਣੀ ਹਾਂ ਸਾਡੇ ਅਫਸਰ ਇਹ ਵੀ ਪੁੱਛਣਗੇ ਤੁਹਾਨੂੰ ਫੋਨ ਕਰਕੇ ਕਿ ਤੁਸੀਂ ਘਰ ਆਓ ਕਿੰਨੇ ਵਜੇ ਘਰ ਆਓ ਤਾਂ ਤੁਹਾਨੂੰ 9 ਵਜੇ ਤੁਹਾਡੇ ਹਿੱਸੇ ਦਾ ਬਣਦਾ ਰਾਸ਼ਨ ਮਿਲ ਜੂਗਾ ਔਰ ਇਹ ਜਿਹੜੀ ਸਕੀਮ ਹੈ ਇਹ ਬਿਲਕੁਲ ਆਪਸ਼ਨਲ ਹੈ ਯਾਨੀ ਕਿ ਤੁਸੀਂ ਚੁਣ ਸਕਦੇ ਹੋ ਪਰਵਾਹ ਦੇਸ਼ ਕੀ ਸੋਮਵਾਰ ਸੇ ਸ਼ੁੱਕਰਵਾਰ ਰਾਤ 10 ਵਜੇ TV9 ਭਾਰਤ ਵਰਸ਼ ਪਰ